ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਕਰਨਵੀਰ ਸਿੰਘ, ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੇਰੇ ਚੈਨਲ ਕਰਨਵੀਰ ਸਾਈਕਲਿਸਟ 'ਤੇ। ਦੋਸਤੋ, ਪਰਸੋਂ ਮੈਂ ਪਹੁੰਚ ਚੁੱਕਿਆ ਸੀ ਗੋਆ ਦੇ ਵਿੱਚ, ਅਤੇ ਕੱਲ੍ਹ ਸਾਈਕਲ ਦੀ ਰਿਪੇਅਰ ਕਰਵਾਈ ਹੈ। ਸਾਈਕਲ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆ ਗਈ, 3 ਜਾਂ 4 ਘੰਟੇ ਸਾਈਕਲ ਦੀ ਰਿਪੇਅਰ ਨੂੰ ਲੱਗ ਚੁੱਕੇ ਸੀ, ਉੱਥੇ ਹੀ ਬੈਠਾ ਰਿਹਾ ਮੈਂ। ਅਤੇ ਕੱਲ੍ਹ ਬਹੁਤਾ ਘੁੰਮਿਆ ਨਹੀਂ ਮੈਂ, ਥੋੜ੍ਹਾ ਬਹੁਤਾ ਸਮਾਨ ਲੈ ਕੇ ਵਾਪਸ ਆ ਕੇ ਮੈਂ ਜਿੱਥੇ ਮੈਂ ਰੁਕਿਆ ਸੀ ਭਾਅ ਜੀ ਕੋਲ, ਉੱਥੇ ਆ ਕੇ ਮੈਂ ਰੈਸਟ ਕੀਤੀ ਆ, ਕਿਉਂਕਿ ਹੁਣ ਜਿਹੜੀ ਕੰਟੀਨਿਊਸ ਜਿਹੜਾ ਸਾਈਕਲ ਲਾ ਮੈਂ ਦਸੰਬਰ ਤੱਕ ਲਗਾਤਾਰ ਚਲਾਉਣਾ ਹੈ। ਅਤੇ ਅੱਜ ਜਿਹੜੀ ਰਾਈਡ ਆ ਗੋਆ ਦੀ, ਪਹਿਲੀ ਰਾਈਡ ਹੈ, ਅਤੇ ਪਹਿਲੀ ਰਾਈਡ ਬਹੁਤ ਜ਼ਿਆਦਾ ਲੰਬੀ ਹੈ, ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਗੋਆ ਇੱਕ ਸ਼ਹਿਰ ਬਹੁਤ ਸੋਹਣਾ ਹੈ, ਬਹੁਤ ਵਧੀਆ ਹੈ, ਘੁੰਮਣ ਯੋਗ ਹੈ। ਅਤੇ ਇਹ ਸ਼ਹਿਰ ਹਰ ਇੱਕ ਜਿੱਥੇ ਵੀ ਜਾਓ ਉੱਥੇ ਬਹੁਤ ਵਧੀਆ ਜਗ੍ਹਾ ਹੈ, ਹਰੇਕ ਜਗ੍ਹਾ ਦੇਖਣ ਵਾਲੀ ਹੈ। ਅਤੇ ਬਾਕੀ ਮੈਂ ਇੰਨਾ ਘੁੰਮਿਆ ਨਹੀਂ ਹੈਗਾ, ਕੱਲ੍ਹ ਮੈਂ ਰੈਸਟ ਦੇ ਰਿਹਾ ਨੋਰਮਲ, ਖਾ ਪੀ ਕੇ ਫਿਰ ਆ ਕੇ ਮੈਂ ਰੂਮ 'ਚ, ਕਿਉਂਕਿ ਮੇਰਾ ਟਾਰਗੇਟ ਆ ਵੀ ਮੈਂ ਆਪਣਾ ਜਿਹੜਾ ਟਾਰਗੇਟ ਲਈ ਧਿਆਨ ਰੱਖਾਂ। ਅਤੇ ਬਾਕੀ ਅੱਜ ਤੁਹਾਨੂੰ ਘੁੰਮਾਉਂਦੇ ਹਾਂ ਆਪਾਂ, ਜਿਹੜੀ ਅੱਜ ਦੀ ਰਾਈਡ ਹੈ ਕਾਫੀ ਲੰਬੀ ਹੈ ਅਤੇ ਕਾਫੀ ਵਧੀਆ ਆਉਣੀ ਹੈ। ਅਤੇ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੇਰੇ ਚੈਨਲ ਕਰਨਵੀਰ ਸਾਈਕਲਿਸਟ ਨੂੰ ਬਹੁਤ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਆ, ਹਰ ਇੱਕ ਕਮੈਂਟ ਦੇ ਰਹੇ ਆ, ਅਤੇ ਪਲੀਜ਼ ਇੱਦਾਂ ਹੀ ਦਿੰਦੇ ਰਹੋ। ਅਤੇ ਮਿਲਦੇ ਆ ਜੀ ਫਿਰ ਸਾਨੂੰ, ਅੱਜ ਸਾਨੂੰ ਘੁਮਾਈਏ ਗੋਆ, ਬਣੇ ਰਹੋ ਜੀ। ਦੋਸਤੋ, ਜਿਹੜੀ ਅੱਜ ਦੇ ਫਸਟ ਡੇ ਦੀ ਰਾਈਡ ਹੈ ਉਹਦਾ 50 ਕਿਲੋਮੀਟਰ ਹੋ ਚੁੱਕਿਆ, ਅਤੇ ਇੱਕ ਗੋਆ ਦੇ ਛੋਟੇ ਪਿੰਡ 'ਚ ਪਹੁੰਚਿਆ ਮੈਂ, ਜਿਹੜਾ ਕਿ ਅੱਜ ਪਹਿਲੀ ਸਟੇਅ ਸੀ ਮੇਰੀ, ਪਹਿਲਾ ਸਟੋਪ ਸੀ। ਅਤੇ ਕਾਫੀ ਛੋਟਾ ਜਿਹਾ ਪਿੰਡ ਆ, ਕਾਫੀ ਬਸ ਸ਼ਹਿਰ ਤੋਂ ਕਾਫੀ ਬਾਹਰ ਆ ਕੇ ਆ, ਕਾਫੀ ਜ਼ਿਆਦਾ ਵਧੀਆ ਰਾਈਡ ਹੈ, ਉਰੇ ਟ੍ਰੈਫਿਕ ਘੱਟ ਆ ਗੋਆ ਦੇ ਵਿੱਚ, ਸ਼ਹਿਰ ਦੇ ਵਿੱਚ ਹੁੰਦੀ, ਬਾਹਰ ਤੁਹਾਨੂੰ ਟ੍ਰੈਫਿਕ ਬਿਲਕੁਲ ਨਹੀਂ ਮਿਲਣੀ। ਇੱਥੇ ਹਰ ਪਾਸੇ ਹੀ ਟੂਰਿਸਟ ਪਲੇਸ ਮਿਲੇ ਤੁਹਾਨੂੰ, ਉਹ ਤੋਂ ਇਲਾਵਾ ਚਰਚ ਬਹੁਤ ਹੈ, ਕਿ ਜ਼ਿਆਦਾਤਰ ਇੱਥੇ ਕ੍ਰਿਸਚਨ ਜਿਹੜੇ ਕਿ ਰਹਿੰਦੇ ਆ, ਅਤੇ ਇੱਥੇ ਹਰ ਲੋਕ ਜਿਹੜਾ ਵੀ ਆਉਂਦਾ ਹਰ ਕੋਈ ਚਰਚ 'ਚ ਜਾ ਕੇ ਆਉਂਦਾ। ਅਤੇ ਜਿਹੜਾ ਕਿ ਸੀਜ਼ਨ ਸ਼ੁਰੂ ਹੁੰਦਾ ਉਹ ਹੈਗਾ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਹੁਣ ਸ਼ੁਰੂ ਹੋ ਚੁੱਕਿਆ ਸੀਜ਼ਨ, ਇੱਥੇ ਲੋਕ ਬਹੁਤ ਆਉਂਦੇ ਘੁੰਮਣ। ਅਤੇ ਕੱਲ੍ਹ ਮੈਂ ਵੇਖਿਆ ਜਿਹੜੀ ਮੈਂ ਇੱਕ ਰੈਸਟ ਕੱਲ੍ਹ ਕਰ ਰਿਹਾ ਸੀ, ਉੱਥੋਂ ਥੋੜ੍ਹੀ ਜਿੱਥੇ ਮੈਂ ਰਹਿ ਰਿਹਾ ਉੱਥੋਂ ਥੋੜ੍ਹੀ ਦੂਰ ਹੈ ਇੱਕ ਬੀਚ ਹੈ, ਮੈਂ ਵੀਡੀਓ ਨਹੀਂ ਬਣਾ ਪਾਇਆ, ਬਟ ਉੱਥੇ ਮੈਂ ਦੇਖਿਆ ਉੱਥੇ ਹਰ ਇੱਕ ਅਦਰ ਸਟੇਟ ਦਾ ਬੰਦਾ ਆਇਆ ਘੁੰਮਣ, ਜਿਹੜਾ ਫੈਮਿਲੀ ਨਾਲ ਸਾਰੇ ਉੱਥੇ ਜਾਂਦੇ, ਇੱਥੇ ਹਰ ਕਿਤੇ ਤੁਹਾਨੂੰ ਕੋਈ ਨਾ ਕੋਈ ਘੁੰਮਣ ਨੂੰ ਮਿਲਣਾ ਹੈ। ਬਹੁਤ ਵਧੀਆ ਗੋਆ ਸਿਟੀ ਹੈ, ਅਤੇ ਮੈਂ ਤਾਂ ਕਹਿੰਦਾ ਵੀ ਜੇ ਮੌਕਾ ਮਿਲਦਾ ਸਾਨੂੰ ਜ਼ਰੂਰ ਆਉਣਾ ਚਾਹੀਦਾ, ਆਪਣੇ ਪਰਿਵਾਰ ਨੂੰ ਲੈ ਕੇ ਆਉਣਾ ਚਾਹੀਦਾ ਹੈ, ਕਿਉਂਕਿ ਹਰ ਜੇ ਆਪਾਂ ਆਪਣੇ ਪੰਜਾਬ 'ਚ ਆਉਂਦੇ ਆ ਬਾਹਰੋਂ ਘੁੰਮਣ ਤਾਂ ਆਪਾਂ ਨੂੰ ਵੀ ਹਰ ਇੱਕ ਸ਼ਹਿਰ ਜਾਣਾ ਚਾਹੀਦਾ ਹੈ। ਅਤੇ ਬਹੁਤ ਵਧੀਆ ਲੱਗਿਆ ਮੈਨੂੰ, ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਆ ਇੱਥੇ ਦਾ। ਅਤੇ ਬਾਕੀ ਤੁਸੀਂ ਬਣੇ ਰਹੋ ਜੀ, ਤੁਹਾਨੂੰ ਮੈਂ ਦਿੰਦਾ ਅਗਲੀ ਅਪਡੇਟ ਅੱਗੇ ਪਹੁੰਚ ਕੇ।
दोस्तों जी अज की राइड आ 100 किलोमीटर का सफ़र हो चुके है मेरा। तो गोवा के एक मड़गांव च पहुँचा मैं, शहर का नाम आ मड़गांव, तो जिथे मैं खड़ा इतों पूरा 100 किलोमीटर हो चुके है। तो अगे हूँ मड़गांव आना है, तो तुहानू दिखाउंदे आ किदां दी जगह है। तो काफ़ी वधिया लग रहा मैनू। तो गोवा के राइड का पुछो ना तो जी बहुत ज़्यादा एनर्जी रहती है, क्योंकि मौसम बहुत प्यारा मौसम है। हल्का जहा गर्मी घट है, ठंड हल्की घट है, मौसम बहुत वधिया है। जिदा का मतलब राइडर नूं चाहिए हुंदा उदा का मौसम है। तो नज़ारा आ रहा अज पहले दिन की राइड, फस्ट डे की राइड काफ़ी वधिया लग रही है। तो शहर बहुत वधिया है। तो चलो मिलता ही तुहानूं मेरा किवें। दोस्तों मैं शहर तो काफ़ी अगे आ गया सी, जिते मैं जिहड़े पिंड दिया वो तो अगे काफ़ी अगे आ गया। तो हुण मैं इत्थे कुछ खान लग्या, सवेर दा ब्रेकफास्ट नहीं करिया। तो इत्थे मैं राइस दा ऑर्डर दिता है। जिहड़े आ भाई खड़े आ भी अपने उधर गुआंढी आ, ये जम्मू दे आ, कहिंदे आ तां रोपड़ दा। तो खुश हो गए मिल के, मैनू बहुत वधिया लगे भी चलो अपना कोई गुआंढी मिलिया, लागे ही आ जम्मू कश्मीर भी। तो इत्थे हुण खा पी के अगे जाना है, अगे एक छोटा ही शहर आ, उत्ते ज़्यादा देर नहीं लाउणी, बस सिर्फ 5-10 मिनट घूम फिर के उस तो बस दी जी अगली लोकेशन आ उत्थे पहुँचना है। काफ़ी अगे आ गया मतलब 100-110 किलोमीटर हो गया हूँ, 10 किलोमीटर में अगे आ गया। तो मैं तो जरा जो जिसे मैं जाना है वो हैगा 20 किलोमीटर सारा, उस तो बाद फिर अगली लोकेशन फिर इदा ही चलते रहना। शाम जाके सारा शौक होना, बाकी इतने बने रहो जी, मिलते अगे। डेढ़ सौ किलोमीटर दोस्तों हो चुके हैं। तो हुण मैं जंगल च, चारे पासे जंगल आ, पूरे प्रॉब्लम जिहड़ी आई है नैट बंद हो गया, एयरटेल का भी आइडिया जी,
कुछ नहीं पता लग रहा किधर जाना। एक दो बंदे मिले पिछे उन्होंने दस कुछ भी इधर जाना है, इधर सही है तुम्हें भी इधर गलत जाऊंगे तुम्हें। क्योंकि कला है मैं तो थोड़ी रही प्रॉब्लम, फिर नैट की तो पहाड़ा जाके बंद हो जाता है। तो पिछे बंदे मिले सी आ स्कूल, एक ये स्कूल कोल तो कहा उन्होंने भी राइड मार के भी सीधा जाना है। तो इतों हूँ कोशिश यही आ भी मैं चलता रहा, क्योंकि हूँ ये नहीं पता वैसे कि ज़्यादा जंगल होना अगे। तो बाकी तुम बने रहो दादा अपडेट थानू मैं। दोस्तों जंगल तो थले आ चुके मैं, तो इतने आस पास खेतरफल एरिया मंडल का लोग खेती करते सारे। हाँ देखो ज़्यादा बड़े खेत नहीं आ, मतलब छोटे छोटे खेत आ, बिगे जे भी होने इदा नॉर्मल जी। तो नैट की प्रॉब्लम ऐसे भी आ, कुछ पछे के पहुंचा मैं इतना भी इतने जाना आ जगह जाना है। काफ़ी चंगे लोग अच्छे स्टेट लोगों बहुत ज़्यादा प्यार देंगे। इतों जिते मैं रुकया हुआ तो सिर्फ दो घंटे का रास्ता जिते मैं जाना उतो, तो अगे मेन हाईवे शुरू होना थोड़ी देर तक। ऐसे भी माड़ा मोटा आ ही जाता वा एरिया, मतलब ट्रैफिक इन्नी नहीं आ, बिच बिच नहीं जाते लोग। चलो मिलता ही बाकी थोड़ा अगे मैं। दोस्तों रात के सत्त साढ़े सत्त सवा हो चलिया शाम का, तो गोवा की बीच पर पहुंचा है होलवा जी बीच कोलवा बीच है जी। मेरी बैक साइड है इधर, कोई लाइट नहीं है कि पीछे कोई भी, तो मैं लगता भी काफ़ी लोग आए हुए हैं। थोड़ा दिखा मैं गड्डिया गड्डिया खड़िया, मतलब लाइट घट है तो समा मेरे को घट है। हूँ काफ़ी ज़्यादा रौनक मेला है इधर भी देख सकते हो, चारे पास गड्डिया गड्डिया रेस्टोरेंट है सारी इतने आस पास जोड़े कि दूरों लोग ही आते हैं। ज़्यादातर ये बीच तो जरूर आते हैं, सबसे फेमस बीच है गोवा की। मैं अच त लेट हो गया जोड़ा कि जंगल एरिया सारा उधर टाइम लग गया अज, क्योंकि उधर एक तो सैकल के गेयर के प्रॉब्लम आ गई, तो बाकी चक्के जी भी उसके बाद फिर हिल एरिया काफ़ी आया करके थोड़ा लेट हो गया। मैं कोशिश मेरी यही मैं दिन दिन पहुँचा मैं थोड़ा बीच दिखा सकता, फिर भी मैं सानू जिनी भी चीज़ दिखा सकिया जी इत बीच आते सब तो फेमस बीच है जी कि गोवा की। बहुत वधिया, बहुत ज़्यादा लोग आए टूरिस्ट, क्योंकि ये सीजन शुरू आने का गड्डिया गड्डिया खड़िया बसा खड़िया पिछे बैक साइड, तो मैं लगता बई पंजाब तो भी आए भी होने मिलता तो कोई वैसे है नहीं आ, जे कि निगाह पै जाए फिर तो बुला लेता बंदा। बाकी हूँ बस इतों मैं 20-25 किलोमीटर रह गया, उन्नी घंटे लगे ही मैं तुहानू पहुँच के करदा मैं करदा गलबात। दोस्तों अज की राइड जी फस्ट डे की वह कंप्लीट हो चुकी है, तो समा जरा मैं अज बहुत ज़्यादा हो गया, क्योंकि गोवा एक स्टेट बहुत छोटी है, मैं पता नहीं थी भी इन्ने ज़्यादा जंगल आते, तो इन्ने ज़्यादा मतलब इदा जंगल मैं पिछे कि देखे जी मैं इतने देखे अज जंगल के बीच। मैं तुसी ला लो भी 5 या 6 गड्डियां दिखिया होनी, बाकी मोटरसाइकिल माड़े मोटे घर तक कोई है ही नहीं था,
40 50 ਕਿਲੋਮੀਟਰ ਤੇ ਵੱਧੇ ਹੋਣਾ ਸਾ ਤੁਹਾਨੂੰ ਲੱਗਦਾ। ਉੱਪਰ ਤੇ ਦਿੱਕਤ ਕੀ ਹੋਈ ਕਿ ਲੱਗ ਨੈਟ ਬੰਦ ਹੋ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਤਾ ਮੈਂ ਕਿੱਧਰ ਨੂੰ ਜਾ ਰਿਹਾ, ਮੈਂ ਸਹੀ ਜਾ ਰਿਹਾ ਗਲਤ ਜਾ ਰਿਹਾ, ਇਹ ਕੋਈ ਆ ਨਹੀਂ ਆਇਆ ਨਹੀਂ ਆ ਪਹਿਲਾਂ ਦਾ 8 9 ਕਿਲੋਮੀਟਰ, ਕਿਉਂਕਿ ਡਾਊਟ ਇਹ ਤਾਂ ਮੇਰਾ ਵੀ ਮੈਂ ਕਿਤੇ ਘਰ ਆਪਣਾ ਹੋਰ ਸਟੇਟ 'ਚ ਨਾ ਐਂਟਰ ਹੋ ਜਾਵਾਂ ਜਿੱਦਾਂ ਕਿ ਮਹਾਰਾਸ਼ਟਰ ਹੋ ਗਿਆ ਅਤੇ ਇੱਕ ਦੋ ਸਟੇਟਾਂ ਹੋਰ ਲੱਗ ਗਈਆਂ ਜਿਹੜੀਆਂ ਆਪਣਾ ਜੇ ਕਿਤੇ, ਕਿਉਂਕਿ ਜੰਗਲ ਦੇ ਵਿੱਚ ਰਸਤੇ ਬਹੁਤ ਨਿਕਲ ਜਾਂਦੇ ਆ ਪੱਕੀ ਸੜਕਾਂ ਦੀਆਂ, ਪਰ ਜਿਵੇਂ ਮੰਨ ਲਓ ਰਾਈਟ ਮੁੜਨਾ ਹੈ ਜਿਵੇਂ ਲੈਫਟ ਮੁੜ ਜਾਂਦਾ ਖਬਰੇ ਮੈਂ ਕਿਤੇ ਹੋਰ ਪਾਸੇ ਪਹੁੰਚ ਜਾਂਦਾ। ਅਤੇ ਮੈਨੂੰ ਲੱਗਦਾ ਵੀ ਇੰਨੇ ਕੁ ਜ਼ਿਆਦਾ ਮੈਂ ਤਾਂ ਫਿਰ ਦੱਸਾਂ ਨੂੰ ਕੀ ਦੱਸਾਂ ਵੀ ਹਿੱਲ ਏਰੀਏ ਦੀ ਗੱਲ ਕਰਦਾ ਅੱਜ ਮੈਂ ਤੁਹਾਡੇ ਕੋਲ, ਜਦੋਂ ਤੋਂ ਮੈਂ ਜਰਨੀ 'ਤੇ ਨਿਕਲਿਆ ਏ ਜਦੋਂ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਹਿੱਲ ਏਰੀਆ ਲੱਗਿਆ, ਉਸ ਤੋਂ ਬਾਅਦ ਗੋਆ ਦੇ ਵਿੱਚ ਵੀ ਕਾਫੀ ਹਿੱਲ ਏਰੀਆ ਹੈਗਾ। ਜਦੋਂ ਮੈਂ ਹਿੱਲ ਏਰੀਏ ਸਾਈਕਲ ਚਲਾਉਂਦਾ ਮੈਨੂੰ ਪਤਾ ਹੈ ਮੇਰੇ ਗੋਡਿਆਂ ਦਾ ਕੀ ਹਾਲ ਹੁੰਦਾ, ਮੇਰੇ ਦਰਦ ਕਿੰਨੀ ਕੁ ਹੁੰਦੀ ਹੈ, ਅਤੇ ਨਾਲ ਕੋਈ ਹੁੰਦਾ ਨਹੀਂ ਆ ਫਿਰ ਵੀ ਮੈਂ ਆਪਣਾ ਸਾਈਕਲ ਚਲਾਈ ਰੱਖਦਾ ਹੈ ਅਤੇ ਦਰਦ ਇੰਨੀ ਜ਼ਿਆਦਾ ਹੁੰਦੀ ਹੈ ਮੈਨੂੰ ਪਤਾ ਹੈ ਵੀ ਮੈਂ ਟਾਰਗੇਟ ਪੂਰਾ ਕਰਨਾ ਹੈ, ਮੈਂ ਆਪਣਾ ਜੋ ਮੈਂ ਸੋਚਿਆ ਹੋਇਆ ਹੈ ਉਹ ਮੈਂ ਕਰਨਾ ਹੈ। ਫਿਰ ਕਈ ਸੋਚਦੇ ਕਈ ਬੰਦਿਆਂ ਦੇ ਮੈਨੂੰ ਮੈਸੇਜ ਵੀ ਆਏ ਆ ਫੋਨ ਵੀ ਆਏ ਆ ਵੀ ਰੈਸਟ ਬਹੁਤ ਦੇ ਰਿਹਾ ਹੈ ਹਾਏ ਗੱਲ, ਜਦੋਂ ਜਿਹੜਾ ਬੰਦਾ ਜਿਹੜੀ ਚੀਜ਼ ਕਰਦਾ ਹੈ ਇਹ ਤਾਂ ਉਹਨੂੰ ਪਤਾ ਹੁੰਦਾ ਹੈ ਵੀ ਭਾਈ ਸਾਈਕਲ ਕਿੱਦਾਂ ਚਲਾਉਣਾ ਹਰ ਰੋਜ਼। ਹੁਣ ਤੁਸੀਂ ਲਾ ਲਓ 10:30 ਤੋਂ ਉੱਪਰ ਸਮਾਂ ਆ ਗਿਆ, ਠੀਕ ਹੈ ਮੈਨੂੰ 15-20 ਮਿੰਟ ਹੋਇਆ ਹੈ ਉਹਨੂੰ, ਪਰ ਮੈਨੂੰ ਪਤਾ ਵੀ ਕੱਲ੍ਹ ਫਿਰ ਉਹੀ ਟਾਈਮ ਤਿਆਰ ਹੋਣਾ ਹੈ, ਉਹੀ ਟਾਈਮ ਸਾਈਕਲਿੰਗ ਕਰਨੀ ਆ, ਉਹੀ ਟਾਈਮ ਤੁਰਨਾ ਹੈ। ਫਿਰ ਦਿਮਾਗ 'ਚ ਇਹ ਰਹਿੰਦਾ ਹੈ ਵੀ ਯਾਰ ਅੱਜ ਕਿੱਧਰ ਨੂੰ ਜਾਣਾ ਹੈ, ਪਤਾ ਨਹੀਂ ਕਿਹੜਾ ਤਾਂ ਕੀ ਕਿਹਾ ਜਿਹਾ ਮਾਹੌਲ ਆ ਜਾਣਾ, ਡਰ ਨਹੀਂ ਰਹਿੰਦਾ ਮਤਲਬ ਏਰੀਏ ਇੱਦਾਂ ਦੇ ਆਉਂਦੇ ਆ ਵੀ ਆਪਾਂ ਸੋਚ ਨਹੀਂ ਸਕਦੇ। ਮੈਂ ਜਿੱਦਾਂ ਪਿੱਛੇ ਸੋਚਦਾ ਹੁੰਦਾ ਵੀ ਇਹ ਗੋਆ ਦਾ ਸ਼ਹਿਰ ਹੈ ਬਹੁਤ ਵਧੀਆ ਹੈ, ਘੁੰਮਾਂਗੇ ਵਧੀਆ ਰਾਈਡ ਰੱਖੂਗੀ ਹੈ ਨਾ, ਬਈ ਨਵੀਂ ਨਵੀਂ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਅਤੇ ਨਵੀਂ ਕੁਛ ਸਿੱਖਣ ਨੂੰ ਮਿਲੂਗਾ ਅਤੇ ਨਵੀਂ ਟੂਰਿਸਟ ਪਲੇਸ ਦੇਖਣੀ ਮਿਲੂਗੀ ਆ, ਉਹ ਸਾਰਾ ਕੁਝ ਦਿਖਿਆ ਹੈਗਾ। ਬਟ ਜਿਹੜੀ ਚੀਜ਼ਾਂ ਆਪਾਂ ਸੋਚਦੇ ਨਹੀਂ ਨਾ ਹੁੰਦੇ ਵੀ ਹਾਂ ਵੀ ਇਹ ਚੀਜ਼ਾਂ ਵੀ ਹੋ ਸਕਦੀਆਂ, ਉਹ ਤੁਹਾਡੇ ਨਾਲ ਹੋਣੀਆਂ ਹੀ ਹੋਣੀਆਂ। ਮੈਂ ਐਕਸਪੀਰੀਅੰਸ ਕਰਦਾ ਆਪਾਂ ਵੀ ਜੇ ਤੁਸੀਂ ਕਿਤੇ ਨਿਕਲੇ ਆ ਨਾ ਜਿਹੜੀ ਚੀਜ਼ ਸੋਚਦੇ ਆ ਵੀ ਇਹ ਹੋ ਨਹੀਂ ਸਕਦੀ, ਅਸਲ 'ਚ ਤੁਹਾਡੇ ਨਾਲ ਹੋਈ ਹੋਣੀ ਆ। ਅਤੇ ਮੈਨੂੰ ਲੱਗਦਾ ਵੀ ਇਕੱਲੇ ਬੰਦੇ ਦਾ ਸਫ਼ਰ ਤਾਂ ਬਹੁਤ ਔਖਾ ਹੈ, ਜਦੋਂ ਬੰਦਾ ਕਰਨ ਲੱਗ ਜਾਂਦਾ ਸੌਖਾ ਨਹੀਂ ਹੁੰਦਾ। ਭਾਵੇਂ ਤੁਸੀਂ ਗੋਆ ਲੈ ਲਓ, ਪੰਜਾਬ ਤੋਂ ਕਿੰਨੀ ਦੂਰ ਆ, ਮੈਂ ਕਦੀ ਸੋਚਿਆ ਨਹੀਂ ਸੀ ਵੀ ਮੈਂ ਇੱਥੇ ਪਹੁੰਚੂੰਗਾ ਮੈਂ ਜਾਂ ਫਿਰ ਇੰਡੀਆ ਘੁੰਮੂੰਗਾ, ਫਿਰ ਵੀ ਮੈਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ। ਅਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗਾ ਵੀ ਵਧੀਆ ਤੁਸੀਂ ਵੀ ਕੁਝ ਨਾ ਕੁਝ ਆਪਣਾ ਫਿਜੀਕਲ ਐਕਟੀਵਿਟੀ ਕਰਿਆ ਕਰੋ, ਸਵੇਰ ਨੂੰ ਗਰਾਊਂਡ 'ਚ ਕੁਛ ਵੀ ਕਰਨਾ ਹੈ ਜਾਂ ਜਾਇਆ ਕਰੋ, ਬੱਚਿਆਂ ਨੂੰ ਲਿਜਾਇਆ ਕਰੋ, ਆਪ ਜਾਇਆ ਕਰੋ, ਕੁਝ ਚੰਗੀ ਮਤਲਬ ਚੰਗਾ ਕਰੋ, ਕੁਛ ਬਣਨ ਲਈ ਕਰੋ ਬਈ ਹੈ ਨਾ। ਕੱਲ੍ਹ ਨੂੰ ਆਪਾਂ ਨੂੰ ਜੀਵਨ ਇੱਕ ਵਾਰੀ ਮਿਲਿਆ, ਜ਼ਿੰਦਗੀ ਇੱਕ ਵਾਰੀ ਮਿਲਦੀ ਆ ਵੀ ਹਾਂ ਵੀ ਕੁਛ ਕਰਕੇ ਆਪਾਂ ਦਿਖਾਈਏ। ਅਤੇ ਬਾਕੀ ਮੇਰਾ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਮੇਰਾ ਚੈਨਲ ਕਰਮਵੀਰ ਸਾਈਕਲਿਸਟ ਨੂੰ ਇੱਦਾਂ ਹੀ ਸਪੋਰਟ ਕਰਦੇ ਰਹੋ ਪਲੀਜ਼, ਅਤੇ ਕਮੈਂਟ ਜ਼ਰੂਰ ਦੱਸਦੇ ਰਹੋ, ਸ਼ੇਅਰ ਜ਼ਰੂਰ ਕਰਦੇ ਰਹੋ। ਅਤੇ ਬਾਕੀ ਮਿਲਦੇ ਜੀ ਕੱਲ੍ਹ ਨੂੰ ਫਿਰ, ਚੰਗਾ ਜੀ, ਸਤਿ ਸ਼੍ਰੀ ਅਕਾਲ।